ਘਰ ਦੀਆਂ ਮਜਬੂਰੀਆਂ ਕਰਕੇ ਚੁੱਪ ਰਹਿਣਾ ਪੈਂਦਾ ਪ੍ਰਧਾਨ। ਇੰਨੀ ਗੱਲ ਯਾਦ ਰੱਖੀ, ਜੇ ਅਸੀਂ ਚੁੱਪ ਰਹਿ ਸਕਦੇ ਹਾਂ ਤਾਂ ਚੁੱਪ ਕਰਵਾ ਵੀ ਸਕਦੇ ਹਾਂ, ਸਮਝਿਆ। जिंदगी के हर मोड़ पे तुझे दर्द सताएगा और उसी दर्द का फायदा बिना चूके ये डर उठाएगा, तुझसे कहेगा कि तू आगे कुछ नहीं कर पाएगा, पर क्या वो लिख कर दे पाएगा कि तू हार जाएगा। सानू चेवा सुनना पसंद नहीं होए, तो निकले उत्थे बार दांगे। लोग ता सट्टा लाउंदे आ, पुत्त साडे धक्के ना चढ़ जी, असी दा टोपे बाड़ दांगे। ਕੀ ਦੇ ਕੀ ਦੇ ਧੁਨੀ ਤੱਕ ਜਾ ਕੇ ਲੱਗਣੀ, ਮੇਰੀ ਕਲਮ ਚੋਂ ਨਿਕਲੀ ਹੋਈ ਲੈਣ ਨੂੰ ਪਤ। ਵਾਹ ਓਏ ਮੇਰਿਆ ਰੱਬਾ, ਮੈਨੂੰ ਤਾਂ ਐਸੀ ਵੀ ਤੂੰ ਗਰੀਬਾਂ ਦੀ ਨਹੀਂ ਸੁਣਦਾ, ਪਰ ਅੱਜ ਪਤਾ ਲੱਗਿਆ ਤੂੰ ਤਾਂ ਅਮੀਰਾਂ ਦੀ ਵੀ ਨਹੀਂ ਸੁਣਦਾ, ਨਹੀਂ ਤਾਂ ਇਹਦੀ ਉਹ ਸੁਣ ਲੈ। ਰੋਗ ਪਿਆਰ ਦੇ ਦਿਲਾਂ ਨੂੰ ਜੇ ਨਾ ਲਾਏ, ਉਹ ਕੱਲੇ ਕੱਲੇ ਦੇਣ ਰਾਤ। ਘਰ ਦੀਆਂ ਮਜਬੂਰੀਆਂ ਕਰਕੇ ਚੁੱਪ ਰਹਿਣਾ ਪੈਂਦਾ ਪ੍ਰਧਾਨ। ਇੰਨੀ ਗੱਲ ਯਾਦ ਰੱਖੀ, ਜੇ ਅਸੀਂ ਚੁੱਪ ਰਹਿ ਸਕਦੇ ਹਾਂ ਤਾਂ ਚੁੱਪ ਕਰਵਾ ਵੀ ਸਕਦੇ ਹਾਂ, ਸਮਝਿਆ। ਜੇ ਲੜਦਾ ਨੀ ਨਾ, ਇਹਦਾ ਮਤਲਬ ਇਹ ਨਹੀਂ ਕਿ ਡਰਪੋਕ ਆ। ਤੂੰ ਜਿੱਥੇ ਕਰੇ ਬਦਮਾਸ਼ੀ ਉੱਥੇ ਕੀਤੀ ਸਰਦਾਰੀ, ਨਾ ਵੀ ਉਹਨਾਂ ਕੋਲੋਂ ਪੁੱਛੀ ਤੇਰੀ ਜਿੰਨਾ ਨਾਲ। ਵਾਹ ਓਏ ਮੇਰਿਆ ਰੱਬਾ, ਮੈਨੂੰ ਤਾਂ ਐਸੀ ਵੀ ਤੂੰ ਗਰੀਬਾਂ ਦੀ ਨਹੀਂ ਸੁਣਦਾ, ਪਰ ਅੱਜ ਪਤਾ ਲੱਗਿਆ ਤੂੰ ਤਾਂ ਅਮੀਰਾਂ ਦੀ ਵੀ ਨਹੀਂ ਸੁਣਦਾ, ਨਹੀਂ ਤਾਂ ਇਹਦੀ ਉਹ ਸੁਣ ਲੈ। ਘਰ ਦੀਆਂ ਮਜਬੂਰੀਆਂ ਕਰਕੇ ਚੁੱਪ ਰਹਿਣਾ ਪੈਂਦਾ ਪ੍ਰਧਾਨ। ਇੰਨੀ ਗੱਲ ਯਾਦ ਰੱਖੀ, ਜੇ ਅਸੀਂ ਚੁੱਪ ਰਹਿ ਸਕਦੇ ਹਾਂ ਤਾਂ ਚੁੱਪ ਕਰਵਾ ਵੀ ਸਕਦੇ ਹਾਂ, ਸਮਝਿਆ। ਜ਼ਿੰਦਗੀ ਨੇ ਇੱਕ ਚੀਜ਼ ਤਾਂ ਚੰਗੀ ਤਰ੍ਹਾਂ ਸਿਖਾ ਦੀ ਮਿੱਤਰਾ, ਕੱਲੇ ਖੁਸ਼ ਰਹਿਣਾ ਤੇ ਕਿਸੇ ਤੋਂ ਕੋਈ ਉਮੀਦ ਨਾ ਰੱਖਣਾ।